ਜਿਵੇਂ 90% ਲੋਕ ਚਾਈਨਾ ਦੀਆਂ ਕਿੱਟਾਂ ਤੇ ਚਾਈਨਾ ਦੇ ਟ੍ਰਾਂਸਮਿਟਰ ਲਾ ਰਹੇ ਆ, ਉਦਾਂ ਕਰਾਂਗੇ ਤੇ 2 ਲੱਖ ਰੁਪਏ ਘੱਟ ਜਾਏ, 6.5 ਲੱਖ ਦਾ ਆ ਜਾਏਗਾ। ਅੱਛਾ, ਇਸ ਤੋਂ ਸਸਤੀ ਪਾਕਿਸਤਾਨ 'ਚ ਇਨਸ਼ਾਅੱਲਾ ਤੁਹਾਨੂੰ ਕੋਈ ਨਵੇਂ ਡਿਜ਼ਾਈਨ 'ਚ ਨਵੀਆਂ ਕੁਆਲਿਟੀਆਂ ਦਾ ਕੋਈ ਰੇਟ ਦੇ ਦੇਵੇ, ਅਸੀਂ ਦੇਣ ਦਾ ਰਹਾ ਤੁਹਾਡੇ। ਤੁਸੀਂ ਕਹਿ ਰਹੇ ਸੀ ਕਿ ਲੇਜ਼ਰ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤਿਆਰ ਕੀਤਾ। ਹਾਂਜੀ, ਤੇ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਅਸੀਂ ਤਾਂ ਪਹਿਲਾਂ ਵੀ ਪਾਕਿਸਤਾਨ 'ਚ ਦੇਖਿਆ ਔਰ ਸਾਡੇ ਨਾਲ ਦੇ ਮੁਲਕ 'ਚ ਵੀ ਚੱਲਦੇ ਆ। ਭਾਈ, ਉਹ ਜਿਹੜੇ ਉਹਨਾਂ ਪਾਕਿਸਤਾਨ 'ਚ ਵੇਖੇ ਨੇ ਨਾ, ਉਹ ਪਾਕਿਸਤਾਨ 'ਚ ਬਣੇ ਨੇ, ਬਾਹਰੋਂ ਆਏ ਨੇ। ਅੱਛਾ, ਬਾਹਰੋਂ ਤੇ ਅੱਜ ਵੀ ਕੋਈ ਲੈ ਆਵੇ, ਮਤਲਬ 2 ਸਾਲ ਪਹਿਲੇ ਵਿੱਚ ਇੰਪੋਰਟ ਹੋਏ ਨੇ। ਇਹ ਜਿਹੜੇ ਅਸੀਂ ਗੱਲ ਕੀਤੀ ਪਾਕਿਸਤਾਨ ਦਾ ਪਹਿਲਾਂ ਤੇ ਪਾਕਿਸਤਾਨ ਤੋਂ ਪਹਿਲਾਂ ਬਣਾਇਆ ਇੱਥੇ। ਅੱਛਾ, ਅਸੀਂ ਲੋਕਲ ਬਣਾਇਆ, ਯਾਨੀ ਮੰਗਵਾਇਆ ਨਹੀਂ, ਮੰਗਵਾਇਆ ਨਹੀਂ ਬਣਾਇਆ, ਪਾਕਿਸਤਾਨ ਦੇ ਵਿੱਚ ਬਣਿਆ ਪਹਿਲਾਂ ਪੀਟੀਓ। ਅੱਛਾ, ਇੱਕ ਹੋਰ ਸਵਾਲ ਵੀ ਸੀ ਕਿ ਇਹਦੇ ਨਾਲ ਜਿਹੜਾ ਤੁਸੀਂ ਪੰਪ ਲਗਾਇਆ ਉਹਦੇ ਨਾਲ ਡਾਇਰੈਕਟ ਪੰਪ ਹੀ ਲਗਾਇਆ ਜਾਂ ਗੇਅਰ ਵੀ ਨਾਲ ਲਗਾਇਆ, ਚੱਕਰਾਂ ਨੂੰ ਕਿਸ ਤਰ੍ਹਾਂ ਲਾਇਆ? ਪਹਿਲੇ ਗੇਅਰ ਲਾਇਆ, ਗੇਅਰ ਜਿਹੜੇ ਉਹਦੇ ਚੱਕਰ ਬਰਾਬਰ ਕਰਦਾ, ਫਿਰ ਉਹਦੇ ਅੱਗੇ ਪੰਪ ਲੱਗਾ ਜਿਹੜਾ ਉਹਨੂੰ ਪ੍ਰੈਸ਼ਰ। ਚਲੋ ਦਿਖਾਉਂਦੇ ਹਾਂ। ਅਸਲਾਮ ਵਾਲੇਕੁਮ, ਆਪਣਾ ਪਾਕਿਸਤਾਨ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਜੀ। ਦੋਸਤੋ, ਅੱਜ ਅਸੀਂ ਮੌਜੂਦ ਹਾਂ ਜੀ ਹਾਫਜ਼ਾਬਾਦ ਚੱਕ ਗਾਜ਼ੀ, ਅਤੇ ਇਹ ਜੀ ਲੇਜ਼ਰ ਤੁਹਾਨੂੰ ਪਹਿਲਾਂ ਦਿਖਾਇਆ ਸੀ ਲਾਹੌਰ, ਇਹ ਲੇਜ਼ਰ ਜਦੋਂ ਕਿ ਲਾਂਚ ਹੋਇਆ ਸੀ, ਅੱਜ ਇਸ ਦੀ ਫੀਲਡ ਵਿੱਚ ਟੈਸਟਿੰਗ ਕਰਨ ਵਾਸਤੇ ਅਸੀਂ ਆਏ ਹਾਂ, ਅਤੇ ਇਹਦੇ ਨਾਲ ਜੀ ਸਿਸਟਮ ਜਿਹੜਾ ਲੱਗਾ ਜੀ ਪੀਟੀਓ ਦੇ ਨਾਲ ਇਹ ਲੇਜ਼ਰ ਆਪਰੇਟ ਕਰਦਾ, ਉਹ ਤੁਹਾਨੂੰ ਸਿਸਟਮ ਪਹਿਲਾਂ ਵੀ ਦਿਖਾਇਆ ਸੀ, ਅੱਜ ਸਿਰਫ ਇਹਨੂੰ ਚਲਾ ਕੇ ਦਿਖਾਉਣਾ ਹੈ। ਜ਼ਬੈਰ ਸਾਹਿਬ ਸਾਡੇ ਨਾਲ ਹੈ, ਅਤੇ ਇੱਥੇ ਜੀ ਤੁਸੀਂ ਦੇਖ ਰਹੇ ਹੋ ਕਿ ਪਿੱਛੇ ATS ਟਰੈਕਟਰ ਖੜ੍ਹਾ ਜੀ 290, ਨਾਲ ਭਾਈ ਰਿਆਜ਼ ਜੱਟ ਸਾਹਿਬ ਦੀ ਛੱਤ ਉੱਤੇ ਲੱਗੀ ਹੋਈ ਹੈ, ਨਦੀਮ ਸਾਹਿਬ ਨੇ ਟਰੈਕਟਰ ਨੂੰ ਆਇਲ ਕੂਲਰ ਵੀ ਲਗਾਇਆ, ਅਤੇ ਟਰੈਕਟਰ ਤਿਆਰ, ਤਾਰੀਫ ਬਹੁਤ ਕੀਤੀ ਹੈ ਚੱਠਾ ਸਾਹਿਬ ਨੇ, ਅਤੇ ਵਕਾਰ ਭਾਈ ਵੀ ਇੱਥੇ ਆਇਆ। ਬਾਕੀ ਹੈ ਕਿ ਤੁਹਾਨੂੰ ਪਹਿਲੇ ਲੇਜ਼ਰ ਦੇ ਬਾਰੇ ਦੱਸ ਦਿੰਦੇ ਹਾਂ ਮਾੜਾ ਜਿਹਾ। ਅੱਛਾ ਜ਼ਬੈਰ ਸਾਹਿਬ, 2-3 ਸਵਾਲ ਬੰਦਿਆਂ ਨੇ ਕੀਤੇ ਸੀ ਕਿ ਤੁਸੀਂ ਕਹਿ ਰਹੇ ਸੀ ਕਿ ਲੇਜ਼ਰ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤਿਆਰ ਕੀਤਾ, ਹਾਂਜੀ, ਅਤੇ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਅਸੀਂ ਤਾਂ ਪਹਿਲਾਂ ਵੀ ਪਾਕਿਸਤਾਨ 'ਚ ਦੇਖਿਆ ਔਰ ਸਾਡੇ ਨਾਲ ਦੇ ਮੁਲਕ 'ਚ ਵੀ ਚੱਲਦੇ ਆ। ਭਾਈ, ਉਹ ਜਿਹੜੇ ਉਹਨਾਂ ਪਾਕਿਸਤਾਨ 'ਚ ਵੇਖੇ ਨੇ ਨਾ, ਉਹ ਪਾਕਿਸਤਾਨ 'ਚ ਬਣੇ ਨੇ, ਉਹ ਬਾਹਰੋਂ ਆਏ ਨੇ। ਅੱਛਾ, ਬਾਹਰੋਂ ਤੇ ਅੱਜ ਵੀ ਕੋਈ ਲੈ ਆਵੇ, ਮਤਲਬ 2 ਸਾਲ ਪਹਿਲੇ ਵਿੱਚ ਇੰਪੋਰਟ ਹੋਏ ਨੇ। ਇਹ ਜਿਹੜੇ ਅਸੀਂ ਗੱਲ ਕੀਤੀ ਪਾਕਿਸਤਾਨ ਦਾ ਪਹਿਲਾਂ ਤੇ ਪਾਕਿਸਤਾਨ ਤੋਂ ਪਹਿਲਾਂ ਬਣਾਇਆ ਇੱਥੇ। ਅੱਛਾ, ਅਸੀਂ ਲੋਕਲ ਬਣਾਇਆ, ਯਾਨੀ ਮੰਗਵਾਇਆ ਨਹੀਂ, ਮੰਗਵਾਇਆ ਨਹੀਂ ਬਣਾਇਆ, ਪਾਕਿਸਤਾਨ ਦੇ ਵਿੱਚ ਬਣਿਆ ਪਹਿਲਾਂ ਪੀਟੀਓ। ਹਾਂਜੀ ਹਾਂਜੀ, ਪੀਟੀਓ ਸਾਰੇ ਇੰਪੋਰਟ ਹੋਏ ਨੇ, ਜਾਂ ਕੋਈ ਇਟਲੀ ਤੋਂ ਇੰਪੋਰਟ ਹੋਇਆ ਜਾਂ ਕੋਈ ਚਾਈਨਾ ਤੋਂ ਇੰਪੋਰਟ ਹੋਇਆ, ਉਹ ਸਾਰੇ ਇੰਪੋਰਟ ਨੇ, ਜਾਂ ਜਿਹੜੇ 1994-95 'ਚ ਸ਼ੁਰੂ ਹੁੰਦੇ ਸਨ। ਖੈਰ, ਅਸੀਂ ਤਾਂ ਵੇਖੇ ਕੋਈ ਨਹੀਂ, ਸਾਡੀ ਹੋਸ਼ ਤੋਂ ਪਹਿਲੇ ਦੇ ਹੋੜ ਗਏ, ਲੇਕਿਨ ਇਹ ਆ ਕਿ ਉਹ ਜਿਹੜੇ ਸਾਰੇ ਲੇਜ਼ਰ ਸਨ ਨਾ, ਉਹ ਜਾਂ ਕੋਈ USA ਤੋਂ ਇੰਪੋਰਟ ਹੋਏ ਸਰ। ਅੱਛਾ, ਇੱਕ ਹੋਰ ਸਵਾਲ ਵੀ ਸੀ ਕਿ ਇਹਦੇ ਨਾਲ ਜਿਹੜਾ ਤੁਸੀਂ ਪੰਪ ਲਗਾਇਆ ਉਹਦੇ ਨਾਲ ਡਾਇਰੈਕਟ ਪੰਪ ਹੀ ਲਗਾਇਆ ਜਾਂ ਗੇਅਰ ਵੀ ਨਾਲ ਲਗਾਇਆ, ਚੱਕਰਾਂ ਨੂੰ ਕਿਸ ਤਰ੍ਹਾਂ ਲਾਇਆ? ਪਹਿਲੇ ਗੇਅਰ ਲਾਇਆ, ਗੇਅਰ ਜਿਹੜੇ ਉਹਦੇ ਚੱਕਰ ਬਰਾਬਰ ਕਰਦਾ, ਫਿਰ ਉਹਦੇ ਅੱਗੇ ਪੰਪ ਲੱਗਾ ਜਿਹੜਾ ਉਹਨੂੰ ਪ੍ਰੈਸ਼ਰ। ਚਲੋ ਦਿਖਾਉਂਦੇ ਵੀ ਹਾਂ, ਇੱਕ ਹੈ ਲੇਜ਼ਰ ਜੀ ਛੋਟਾ, ਇਹ ਤੁਹਾਨੂੰ ਉੱਥੇ ਫੈਸਲਾਬਾਦ ਅਸੀਂ ਮੇਲੇ 'ਤੇ ਦਿਖਾਇਆ ਸੀ, ਅੱਜ ਇਹਨੂੰ ਵੀ ਚਲਾ ਕੇ ਦਿਖਾਉਣਾ ਹੈ। 240 ਟਰੈਕਟਰ ਜੀ ਇਹਦੇ ਨਾਲ ਲਗਾ ਦਿੱਤਾ ਹੈ, ਅਤੇ ਇਹ ਲੇਜ਼ਰ ਵੀ ਤੁਹਾਨੂੰ ਚਲਾ ਕੇ ਦਿਖਾਵਾਂਗੇ। ਇਹ ਜੀ ਰੇਂਜਰ ਮਾਡਲ ਹੈ, ਇਹ ਰੇਂਜਰ ਮਾਡਲ ਹੈ ਜੀ 2200, ਅਤੇ ਇਹਦੀ ਬੁਕਿੰਗ ਵੀ ਹੁਣ ਤੁਸੀਂ ਕਰ ਰਹੇ ਹੋ? ਅਲਹਮਦੁਲਿਲਾ, ਇਹਦੀ ਬੁਕਿੰਗ ਬੜੀ ਹੋ ਰਹੀ। ਅਤੇ ਇਹਦੀ ਪ੍ਰਾਈਸ ਦੱਸ ਦਿਓ। ਇਹਦੀ ਪ੍ਰਾਈਸ ਦੱਸੀ ਸੀ ਜੇ 7 ਫੁੱਟ ਲਵਾਂਗੇ, ਮਤਲਬ ਟ੍ਰਾਂਸਮਿਟਰ USA ਦਾ, ਇਟਲੀ ਦੀ ਹਾਈਡ੍ਰੋਲਿਕ ਕਿੱਟ ਅਤੇ ਕੰਟਰੋਲ ਬੁਕਸ ਰਿਵਰ ਪਾਕਿਸਤਾਨੀ, ਅਤੇ 8.5 ਲੱਖ ਰੁਪਏ ਦਾ। ਅੱਛਾ ਜੀ, ਅਤੇ ਜੇ ਅਸੀਂ ਇਹਨੂੰ ਵੱਡਾ ਕਰਾਂਗੇ ਤਾਂ ਫਿਰ ਇਹਦੀ ਕੀਮਤ ਹੋ ਜਾਏਗੀ 8,90,000। ਠੀਕ ਹੋ ਗਿਆ, 8 ਫੁੱਟਾਂ ਕਰਾਂਗੇ, ਇਹ ਇਟਾਲੀਅਨ ਮਾਡਲ। ਜੇ ਅਸੀਂ ਜਿਵੇਂ 90% ਲੋਕ ਚਾਈਨਾ ਦੀਆਂ ਕਿੱਟਾਂ ਅਤੇ ਚਾਈਨਾ ਦੇ ਟ੍ਰਾਂਸਮਿਟਰ ਲਾ ਰਹੇ ਹਾਂ, ਉੱਦਾਂ ਕਰਾਂਗੇ ਤਾਂ 2 ਲੱਖ ਰੁਪਏ ਘੱਟ ਜਾਏਗਾ, ਯਾਨੀ 6.5 ਲੱਖ ਦਾ ਆ ਜਾਏਗਾ। ਅੱਛਾ, ਇਸ ਤੋਂ ਸਸਤੀ ਪਾਕਿਸਤਾਨ 'ਚ ਇਨਸ਼ਾਅੱਲਾ ਤੁਹਾਨੂੰ ਕੋਈ ਨਵੇਂ ਡਿਜ਼ਾਈਨ 'ਚ ਨਵੀਆਂ ਕੁਆਲਿਟੀਆਂ ਦਾ ਕੋਈ ਰੇਟ ਦੇ ਦੇਵੇ, ਅਸੀਂ ਦੇਣ ਦਾ ਰਹਾ ਤੁਹਾਡੇ। ਠੀਕ ਹੋ ਗਿਆ ਜੀ, ਬਾਕੀ ਤੁਸੀਂ ਇਹ ਸਿਸਟਮ ਇਹਦੇ ਨਾਲ ਲੱਗਾ ਦੇਖ ਰਿਹਾ, ਤੁਹਾਨੂੰ ਚਲਾ ਕੇ ਦਿਖਾਉਣਾ 240 ਦੇ, ਮਗਰ ਟਾਇਰ ਤੁਸੀਂ ਇਹਦੇ ਦੇਖ ਲਓ, ਇਹਦੇ ਨਾਲ ਸਿਸਟਮ ਟਾਇਰਾਂ ਦਾ ਥੋੜ੍ਹਾ ਜਿਹਾ ਚੇਂਜ ਹੈ। ਦੂਜੀ ਗੱਲ ਦੱਸਾਂ, ਇਹ ਜਿਹੜਾ ਮਤਲਬ ਅਸੀਂ 240 ਵਾਸਤੇ ਬਣਾਇਆ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਦਾ ਵੇਟ ਬਹੁਤ ਘਟਾ ਦਿੱਤਾ ਜਿਹਦੀ ਵਜ੍ਹਾ ਨਾਲ ਕਰਾਇਆ, ਅਸੀਂ ਇਹਦੇ ਵਾਸਤੇ ਸਪੈਸ਼ਲ ਡਿਜ਼ਾਈਨ ਕਰਕੇ ਅਤੇ ਇਹਦਾ ਲੋਡ ਘਟਾਇਆ। ਸਹੀ, ਠੀਕ ਹੋ ਗਿਆ ਜੀ। ਅੱਛਾ ਜੀ, ਇੱਧਰ ਤੁਸੀਂ ਦੇਖਿਆ ਕਿ ਇਹਦਾ ਟਾਇਰਾਂ ਦਾ ਫਰਕ ਹੈ, ਇਹਦਾ ਵਜ਼ਨ ਵੀ ਜ਼ਿਆਦਾ ਹੈ, ਇਹ ਟੈਂਡਮ ਸਿਸਟਮ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਅਤੇ ਬਾਕੀ ਇੱਧਰ ਪਿੱਛੇ ਆਓ ਜੀ, ਇਹ ਦੋਨਾਂ ਸਾਈਡਾਂ ਤੋਂ ਫੋਲਡਿੰਗ ਵਾਲਾ ਖੁੱਲ੍ਹਦਾ ਵੀ ਹੈ ਬਰਾਬਰ, ਅਤੇ ਬੰਦ ਵੀ ਹੋ ਜਾਂਦਾ ਹੈ। ਇਹ 7 ਫੁੱਟ ਲੇਜ਼ਰ ਹੈ,
10 ਫੁੱਟ ਹੋ ਜਾਂਦਾ ਜੀ? ਜੀ ਇਹ 7 ਤੋਂ 10 ਫੁੱਟ ਇਸ ਵੇਲੇ ਮੌਜੂਦਾ ਹੈ, 7.5 ਫੁੱਟ ਤੋਂ 7.5 ਫੁੱਟ ਤੋਂ 10.5 10.5 ਤੱਕ ਹੋ ਜਾਂਦਾ। ਇਹਦਾ ਨਾਂ ਕੀ ਰੱਖਿਆ? 1.5 ਫੁੱਟ। ਇਹਦਾ ਨਾਂ ਹੈ ਕਵੀ ਐਡਜਸਟੇਬਲ ਐਡਵਾਂਸ ਪੀਟੀਓ ਆਪਰੇਟਡ। ਐਡਾ ਲੰਮਾ ਨਾਂ ਰੱਖ ਦਿੱਤਾ ਸੀ? ਨਹੀਂ, ਕਵੀ ਐਡਜਸਟੇਬਲ ਤੇ ਪੁਰਾਣਾ ਹੀ ਹੈ ਜਿਹੜਾ ਤੁਸੀਂ ਪਹਿਲੇ ਕੀਤਾ ਸੀ। ਇਹਦੇ ਅੰਦਰ ਸਿਰਫ ਇਹਦੇ ਜਿਹੜੀ ਜਿਹੜਾ ਮੇਨ ਆਇਆ ਨਾ ਉਹ ਐਡਵਾਂਸ ਆਇਆ ਇਹਦੇ ਅੰਦਰ, ਯਾਨੀ ਕਵੀ ਐਡਜਸਟੇਬਲ ਐਡਵਾਂਸ ਹੈ। ਦੂਜਾ ਪੀਟੀਓ ਤੇ ਚੱਲਦਾ ਤੇ ਪੀਟੀਓ ਆਪਰੇਟਡ ਤੁਸੀਂ ਕਵੀ ਡਿਲੈਕਸ ਰੱਖ ਦੇਣਾ ਸੀ, ਕੰਮ ਹੀ ਨਹੀਂ ਬੜ ਜਾਣਾ। ਅੱਛਾ, ਸਹੀ ਹੋ ਗਿਆ, ਇਹ ਵੀ ਸਹੀ ਹੈ। ਨਹੀਂ ਅਸੀਂ ਸਮਝੋ ਐਡਜਸਟੇਬਲ ਐਡਵਾਂਸ ਕਰਤਾ, ਐਡਵਾਂਸਮੈਂਟ ਇਹਦੇ 'ਚ ਅਸੀਂ ਕੀਤੀ ਕੀ ਹੈ ਉਹ ਮੈਂ ਤੁਹਾਨੂੰ ਦੱਸਦਾ। ਇੱਕ ਅਸੀਂ ਇਹਦੇ ਅੰਦਰ ਪੀਟੀਓ ਸ਼ਾਫਟ ਤੋਂ ਆਪਰੇਟ ਕਰਵਾਇਆ, ਦੂਜਾ ਅਸੀਂ ਜਿਹੜਾ ਇਹਦੇ ਜੈਕ ਬਰਾਬਰ ਨਹੀਂ ਸਨ ਖੋਲਦੇ, ਜੈਕ ਬਰਾਬਰ ਖੋਲਿਆ। ਅੱਛਾ ਜੀ। ਤੀਸਰਾ ਇਹ ਆ ਕਿ ਇਹਨੂੰ ਅਸੀਂ ਅੱਗੇ ਮਕੈਨੀਕਲੀ ਲੀਵਰ ਨਾਲ ਕੰਟਰੋਲ ਸੀ, ਅਸੀਂ ਇਹਨੂੰ ਹੁਣ ਇਲੈਕਟ੍ਰੋਨਿਕਲੀ ਸੋਚ ਰਿਹਾ ਕੰਟਰੋਲ ਕਰ। ਚਲੋ ਜੀ ਅਭੀ, ਅੱਛਾ ਇੱਕ ਚੀਜ਼ ਆਇਆ ਤੁਹਾਨੂੰ ਦਿਖਾਉਣੀ ਸੀ, ਉਹ ਵੀਡੀਓ ਦੇ ਵਿੱਚ ਅਸੀਂ ਦਿਖਾਇਆ ਸੀ ਕਿ ਇਹ ਜਿਹੜਾ ਇਹਦਾ ਗੇਅਰ ਹੈ ਜੀ, ਪਿੱਛੇ ਗੇਅਰ ਲੱਗਾ ਆ, ਉਸ ਨਾਲ ਪੰਪ ਲੱਗਾ। ਇਹ ਵੇਖੋ, ਇੱਥੇ ਥੱਲੇ ਵਿਖਾਓ ਜੀ, ਇਹ ਵੇਖੋ, ਇਹ ਬਰਵੀਨੀ ਕੰਪਨੀ ਦਾ ਓਰੀਜਨਲ ਇਟਲੀ ਦਾ ਗੇਅਰ ਬਾਕਸ ਹੈ ਜੀ। ਠੀਕ ਹੈ ਜੀ, ਇੱਧਰ ਵੇਖੋ, ਇਹ ਦਾ ਮੇਡ ਇਨ ਇਟਲੀ ਪੰਪ ਹੈ ਜੀ, ਇਹ ਵਾਲਾ ਹੈ ਗਾਲਟੈਕ ਜਿਹੜੀ ਕੰਪਨੀ ਹੈ ਉਹਨਾਂ ਦਾ ਜਿਹੜਾ। ਠੀਕ ਹੋ ਗਿਆ ਜੀ, ਇਕੱਲਾ ਪੰਪ ਨਹੀਂ ਲੱਗਾ, ਨਾਲ ਗੇਅਰ ਵੀ ਲੱਗਾ, ਗੇਅਰ ਬਾਕਸ ਵੀ ਲੱਗਾ ਜੀ, ਤੇ ਜਿਹਦੀ ਵਜ੍ਹਾ ਤੇ ਜਿਹੜੇ ਚੱਕਰ ਉਹ ਬਰਾਬਰ ਕੀਤੇ ਹੁੰਦੇ ਆ। ਅੱਛਾ, ਜਿਹੜਾ ਟਰੈਕਟਰ ਦੇ ਨਾਲ ਲੱਗਾ ਹੁੰਦਾ ਲੇਜ਼ਰ, ਉਹਦੇ ਚੱਕਰ ਵੱਧ ਘੱਟ ਹੁੰਦੇ ਆ ਯਾਰ? ਉਹਦੇ ਅੰਦਰ ਅਸਲ ਬੇਸਿਕਲੀ ਤੁਹਾਨੂੰ ਪਤਾ, ਇੱਕ ਤੇ ਹੁਣ ਤੁਸੀਂ ਜਿਵੇਂ ਆਮ ਵੇਖੋ ਮਤਲਬ ਚਾਪਰ ਦੇ ਉੱਤੇ ਤੁਸੀਂ ਅਗਰ ਲੇਜ਼ਰ ਚਲਾ ਲਓ ਤਾਂ ਤੇਲ ਦਾ ਹੋ ਜਾਂਦਾ ਬੇੜਾ ਗਰਕ ਜੀ। ਲੋਕੀ ਉਦਾਂ ਹੀ ਜਾ ਕੇ ਲੇਜ਼ਰ ਫਿੱਟ ਕਰ ਦਿੰਦੇ, ਉਹ ਸਾਰਾ ਤੇਲ ਗੰਦਾ ਜਿਹੜਾ ਨਾ ਉਹ ਹਾਈਡ੍ਰੋਲਿਕ 'ਚ ਤੁਰ ਜਾਂਦਾ ਜੀ ਜੀ, ਨਾ ਉਹਦੇ ਨਾਲ ਫਿਰ ਉਹਦਾ ਪ੍ਰੈਸ਼ਰ ਸੈੱਟ ਹੁੰਦਾ, ਨਾ ਉਹਦੀ ਐਕੂਰੇਸੀ ਸੈੱਟ ਹੁੰਦੀ ਹੈ, ਉਹ ਮਤਲਬ ਮੁਸੀਬਤ ਹੀ ਰਹਿੰਦਾ, ਕਦੀ ਮਤਲਬ ਵੱਧ ਘੱਟ ਹੁੰਦਾ ਹੀ ਰਹਿੰਦਾ। ਇਸ ਕਰਕੇ ਤੇਲ ਇਹਦਾ ਆਪਣਾ ਦੇ ਦਿੱਤਾ ਕਿ ਨਾ ਇਹ ਟਰੈਕਟਰ ਦੇ ਕੋਲ ਆਵੇ, ਆਪਣਾ ਹੀ ਤੇਲ ਹੋਵੇ। ਜਿੱਦਾਂ ਨਵਾਂ ਨਕੋਰ ਮਤਲਬ ਇਹਨੂੰ ਲਾਇਆ ਹੈ, ਅਗਲੇ ਸੀਜ਼ਨ 'ਚ ਵੀ ਉਸ ਤਰ੍ਹਾਂ ਹੀ ਇਹ ਦੁਬਾਰਾ ਚੱਲ ਜਾਣੀ ਹੈ। ਜਿਹੜਾ ਅਸੈਂਬਲੀ ਹੈ ਇਹਦਾ ਮਸਲਾ ਜ਼ਿਆਦਾ ਜਿਹੜਾ ਆਉਂਦਾ ਸੀ ਉਹ ਕਲੀਅਰ ਭਾਈ, 90% ਤੁਸੀਂ ਕਿਸੇ ਪੁਰਾਣੇ ਡਰਾਈਵਰਾਂ ਨੂੰ ਪੁੱਛ ਲਓ, 90% ਮਸਲੇ ਆਉਂਦੇ ਹੀ ਪ੍ਰੈਸ਼ਰ ਦੇ ਸਰ, ਹਰ ਸੀਜ਼ਨ ਇਹਨੂੰ ਸਾਫ ਕਰ ਲਓ। ਇਲੈਕਟ੍ਰੋਨਿਕਲੀ ਤੇ ਚਲੋ ਜਿਹੜੇ ਪ੍ਰੈਸ਼ਰ ਮਸਲੇ ਆਉਂਦੇ ਆਉਂਦੇ ਹੀ ਹਾਈਡ੍ਰੋਲਿਕ ਦੇ ਮਸਲੇ ਸਰ, ਜੱਕਾਂ 'ਚ ਕਦੀ ਕਦੀ ਇਹਦਾ ਕਦੀ ਇਹ ਮਤਲਬ ਇਹਦਾ ਪ੍ਰੈਸ਼ਰ ਨਹੀਂ ਸੈੱਟ ਹੈਗਾ, ਕਦੀ ਪ੍ਰੈਸ਼ਰ ਵੱਧ ਗਿਆ, ਕਦੀ ਘੱਟ ਗਿਆ, ਕਦੀ ਜਿਹੜਾ ਨਾ ਜੀ ਉਹਦਾ ਆਪਣਾ ਜੈਕ ਦੀ ਸੀਲ ਪਾੜ ਗਈ ਹੈ, ਕਦੀ ਉਹ ਕਿਸ ਵਜ੍ਹਾ ਤੋਂ, ਉਹ ਸਾਰੇ ਮਤਲਬ ਤੇਲ ਆ ਗਿਆ ਨਵਾਂ। ਠੀਕ ਹੈ ਜੀ, ਟਰੈਕਟਰ 'ਚ ਨਾ ਇਹਨੇ ਜਾਣਾ, ਇੱਥੋਂ ਹੀ ਗੇਅਰ ਤੋਂ ਪੰਪ ਤੋਂ ਹੋ ਕੇ ਇੱਧਰ ਆ ਜਾਣਾ, ਵਾਪਸ ਆ ਜਾਣਾ ਜੀ। ਅੱਛਾ, ਜਿਹੜਾ ਟਰੈਕਟਰ ਦੇ ਨਾਲ ਲੇਜ਼ਰ ਲੱਗੇ ਹੁੰਦੇ ਉਹਦੇ 'ਚ ਮੈਂ ਤੁਹਾਨੂੰ ਅੱਗੇ ਸਵਾਲ ਕੀਤਾ, ਉਹਦੇ ਚੱਕਰ ਜਿਹੜੇ ਤੁਸੀਂ ਅੱਗੇ ਦੱਸਿਆ ਸੀ ਕਿ ਵੱਧ ਘੱਟ ਹੁੰਦੇ ਆ, 1800 ਤੇ ਪੂਰੇ ਹੁੰਦੇ ਆ, ਲੇਕਿਨ ਅਸੀਂ ਗੇਅਰ ਬਕਸਾ ਲਾ ਦਿੱਤਾ ਨਾ ਜੀ, ਜਦੋਂ ਗੇਅਰ ਬਕਸਾ ਲਾ ਦਿੱਤਾ ਤੇ ਉਹਨੇ ਮਤਲਬ ਉਹਦੇ ਘੱਟ ਵੱਧ ਉਹਨੇ ਪੂਰੇ ਕਰਕੇ ਦੇਣੇ, ਇਹਨੇ ਬਰਾਬਰ ਕਰਕੇ ਦੇਣੇ, ਬਰਾਬਰ ਜਿੰਨੀ ਜ਼ਰੂਰਤ ਹੈ, ਕੋਈ ਨਹੀਂ ਉਹਨੇ ਆਪੇ ਹੀ ਦੇਣੇ। ਚਲੋ ਜੀ, ਇਹਨੂੰ ਅਸੀਂ ਹੁਣ ਚਲਾ ਕੇ ਦਿਖਾਉਂਦੇ ਹਾਂ ਤੇ ਬਾਕੀ ਤੁਹਾਨੂੰ ਦੱਸ ਦਈਏ ਜੀ, ATS 290 ਇੱਧਰ ਜਿਹੜਾ ਜੀ ਇਹ ਆਇਆ ਉੱਥੇ ਤਿਆਰ ਹੋ ਕੇ ਭਾਈ ਰਿਆਜ਼ ਕੋਲੋਂ ਆਇਆ, ਛੱਤ ਵਗੈਰਾ ਸਾਊਂਡ ਸਿਸਟਮ ਇਹਦੇ ਨਾਲ ਲਗਾਇਆ, ਵੇਟ ਅਤੇ ਅੱਗੇ ਬੰਪਰ ਚੱਠਾ ਬਰਾਦਰ ਜੀ, ਚੱਠਾ ਦਰੀ ਫਾਰਮ। ਅੱਛਾ ਜ਼ਬੈਰ ਸਾਹਿਬ, ਇਹਦਾ ਕੀ ਰੇਟ ਹੈ ਜੀ? 14.5 ਲੱਖ ਰੁਪਏ। ਇਹਦੀ ਬੁਕਿੰਗ ਕਿੰਨੀ ਦੇਰ ਬਾਅਦ ਮਿਲ ਜਾਏਗਾ? 1 ਮਹੀਨੇ ਬਾਅਦ। ਅਸਲ ਸਾਡਾ ਪੁਰਾਣਾ ਜਿਹੜਾ ਐਡਜਸਟੇਬਲ ਦਾ ਰੇਟ ਸੀ ਉਹ 11.5 ਲੱਖ ਰੁਪਏ ਸੀ, ਬਾਕੀ ਅਸੀਂ ਜਿਹੜਾ ਫਾਲਤੂ ਰੇਟ ਵਧਾਇਆ ਉਹ ਸਮਾਨ ਦਾ ਵਧਾਇਆ। ਇਹਦੇ ਅੰਦਰ 4 ਚੀਜ਼ਾਂ ਐਕਸਟਰਾ ਲੱਗੀਆਂ, ਇੱਕ ਪੰਪ ਲੱਗਾ, ਇੱਕ ਗੇਅਰ ਲੱਗਾ, ਇੱਕ ਇਹਦੇ ਅੰਦਰ ਹਾਈਡ੍ਰੋਲਿਕ ਕਿੱਟ ਫਾਲਤੂ ਲੱਗੀ ਹੈ ਤੇ ਇੱਕ ਇਹਦੇ ਅੰਦਰ ਡਿਵਾਈਡਰ ਲੱਗਾ। ਠੀਕ ਹੋ ਗਿਆ ਜੀ, ਆਪਣਾ ਨੰਬਰ ਦੱਸ ਦਿਓ ਜੀ। 0342-5078 0322-4759-418 ਠੀਕ ਹੋ ਗਿਆ ਜੀ। ਅਤੇ ਲਓ ਜੀ ਦੋਸਤੋ, ਹੁਣ ਤੁਹਾਨੂੰ ਇਹ ਚਲਾ ਕੇ ਦਿਖਾਵਾਂਗੇ ਲੇਜ਼ਰ, ਔਰ ਬਾਕੀ ਮਜ਼ੀਦ ਜਿਹੜਾ ਜੀ ਤੁਸੀਂ ਆਪ ਦੇਖਣਾ ਕਿ ਵਰਕਿੰਗ ਇਹਦੀ ਕਿਸ ਤਰ੍ਹਾਂ ਦੀ ਹੈ, ਔਰ ਇਹ ਛੋਟਾ ਲੇਜ਼ਰ ਜਿਹੜਾ 240 ਟਰੈਕਟਰ ਕਿਸ ਤਰ੍ਹਾਂ ਚਲਾਉਂਦਾ ਹੈ। ਬਾਕੀ ਨੰਬਰ ਇਹਨਾਂ ਦੇ ਜੀ ਇਹ ਥੱਲੇ ਦਿੱਤੇ ਹੋਏ ਨੇ, ਇਹ ਰੇਂਜਰ 2200 ਮਾਡਲ ਹੈ ਜੀ, ਔਰ ਕਲਰ ਬੜਾ ਪਿਆਰਾ ਕੀਤਾ ਹੈ ਜੀ ਇਹਨਾਂ ਦੇ। ਨੰਬਰ ਹੈ ਲਾਹੌਰ ਮਿਲਰ ਟਰੈਕਟਰ ਦੇ ਸਾਹਮਣੇ ਫਜ਼ਲੀਆ ਗਾਰਡਨ ਦੇ ਵਿੱਚ ਇਹਨਾਂ ਦਾ ਸ਼ੋਰੂਮ ਹੈ, ਉੱਥੇ ਤੁਸੀਂ ਆਪਣਾ ਇਹਨਾਂ ਨਾਲ ਰਾਬਤਾ ਕਰਕੇ। ਅਤੇ ਬਾਕੀ ਜੀ ਹੁਣ ਸਲਾਮ ਆ ਰਿਹਾ ਜੀ ਟਰੈਕਟਰ ਨੂੰ ਚਲਾ ਕੇ, ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਇਹ ਵਰਕ ਕਰਦਾ ਜੀ। ਲਓ ਜੀ ਦੋਸਤੋ, ਯਾਸਰ ਅਲੀ ਸੰਧੂ ਸਾਹਿਬ ਟੈਸਟਿੰਗ ਕਰਨ ਲੱਗੇ ਆ ATS ਦੇ,
ਔਰ ਇਹ ਜਿਹੜਾ ATS ਟਰੈਕਟਰ ਹੈ ਜੀ, ਚੱਟਾ ਸਾਹਿਬ ਨੇ ਬਾਰ ਬਾਰ ਬਲਕਿ ਕਈ ਵਾਰ ਸਾਨੂੰ ਇਹ ਰਿਕੁਐਸਟ ਕੀਤੀ ਹੈ ਕਿ ਜਿਹੜੇ ਮੁੜਗਾਟ ਹੈ ਜੀ ਇਹ ਛੋਟੇ ਲਗਾਏ ਹੈ, ਔਰ ਜਿਹੜਾ ਜੀ ਅੱਗੋਂ ਜਦੋਂ ਟਰੈਕਟਰ ਕੱਦੂ 'ਚ ਚੱਲੇਗਾ ਅਤੇ ਡਰਾਈਵਰ ਦੇ ਉੱਤੇ ਕਿੱਚੜ ਜਿਹੜਾ ਜੀ ਉਹ ਆਏਗਾ। ਯਾਸਰ ਅਲੀ ਸੰਧੂ ਸਾਹਿਬ ਜੀ ਟੈਸਟਿੰਗ ਕਰ ਰਹੇ ਹਾਂ ਜੀ। ਅੱਜ ਜਵੈਰ ਸਾਹਿਬ ਨੇ ਜੀ ਸਾਰਿਆਂ ਨੂੰ ਇਨਵਾਈਟ ਕੀਤਾ, ਉਹਨਾਂ ਨੇ ਕਿਹਾ ਜੀ ਇੱਕ ਨਵੀਂ ਚੀਜ਼ ਆਈ ਹੈ ਪਾਕਿਸਤਾਨ ਦੇ ਵਿੱਚ ਅਤੇ ਤੁਹਾਨੂੰ ਇੱਥੇ ਚਲਾ ਕੇ ਇਹ ਦਿਖਾਉਣਾ ਚਾਹੁੰਦੇ ਹਾਂ, ਤੁਸੀਂ ਆਪਣੇ ਜ਼ਿਮੀਦਾਰ ਭਾਈਆਂ ਨੂੰ ਦਿਖਾਓ ਕਿ ਇਹ ਲੇਜ਼ਰ ਜੀ ਕਿਸ ਤਰ੍ਹਾਂ ਵਰਕ ਕਰਦਾ। ਬਾਕੀ ਜੇ ਅਸੀਂ ਤੁਹਾਨੂੰ ਅਪ ਡਾਊਨ ਸਪੀਡ ਵੀ ਚੈੱਕ ਕਰਾਵਾਂਗੇ। ਨਹੀਂ ਮੈਂ ਨਹੀਂ ਔਖਾ ਆ, ਨਹੀਂ ਔਖਾ ਹੈ, ਗਰਮੀ ਕੋਈ ਨਹੀਂ, ਫਿਰ ਜੱਟਾਂ ਨੂੰ ਗਰਮੀ ਕੀ ਜਾਂਦੀ ਆ, ਵੇਖੋ ਧੱਕਾ ਸਟਾਰਟ, ਉਹ ਧੱਕੇ ਲੱਗ ਰਹੇ ਜੀ ਲੇਜ਼ਰ। ਜਾਣ ਕੇ ਕਰ ਰਿਹਾ, ਜਾਣ ਕੇ ਜਾਣ ਤਾਂ ਕਰ ਰਿਹਾ, ਹਾਂ ਟਰੈਕਟਰ ਦਾ ਟੇਲ ਵੇਖ ਰਿਹਾ। ਹੁਣ ਭਿੰਡਰ ਸਾਹਿਬ ਬਹਿ ਗਏ ਆ, ਵੇਖੋ ਬਾਹਰ ਵਾਈ ਕਰੂ ਨੇ ਕੋਈ ਵੀ ਕੀ ਕਰੂ ਨੇ ਉਦੋਂ ਲਾਹੌਰੀ ਨੇ ਸਟਾਪ ਲੰਘਣਾ ਸਟਾਰਟ ਕੀਤਾ ਸੀ, ਅੱਜ ਉੱਤੇ ਨਾ ਚੜ੍ਹੀਆਂ ਕਿਤੇ ਏਰੀਆ ਇਹ ਝਟਕਾ ਤਰੀਕਾ ਹੈ। ਲਓ ਜੀ ਦੋਸਤੋ ਇਹਦੀ ਸਪੀਡ ਚੈੱਕ ਕਰੋ ਜੀ ਅਪ ਡਾਊਨ ਦੀ, ਫਿਰ ਦੂਸਰੇ ਦੀ ਦਿਖਾਉਂਦੇ ਹਾਂ। ਆ ਜੀ ਚੈੱਕ ਕਰੋ ਸਪੀਡ, ਟਰੈਕਟਰ ਵੀ ਤਗੜਾ ਜੀ, ਟਰੈਕਟਰ ATS ਵੀ ਤਗੜਾ ਹੈ। ਹੈਂ ਉਹ ਮੈਂ 240 ਆ ਰਿਹਾ ਜੀ, ਧਨੀ ਦਾ ਢੱਗਾ 240 ਟਰੈਕਟਰ ਲੇਦਰ ਨੂੰ ਭਜਾਈ ਜਾ ਰਿਹਾ, ਵੇਖੋ ਜੀ ਇਹ
ਵੀਡੀਓ ਬਣਦੀ ਪਈ ਹੈ ਤੇ ਥੱਲੋਂ ਟੱਪ ਲਾ ਕੇ ਫਿਰ ਉੱਥੇ ਤੇ ਗਲਤ ਗੱਲ ਹੈ, ਪਰ ਜਦੋਂ ਫੇਰਾ ਪੂਰਾ ਲੈ ਕੇ ਹੁੰਦਾ ਨਾ ਕਿਰਾਇਆ ਭਰ ਵੀ ਜਾਏ ਉਹਨੂੰ ਪਤਾ ਨਹੀਂ ਲੱਗਦਾ, ਬਹੁਤ ਹੀ ਬਿਹਤਰੀਨ ਚੱਲਦਾ ਮੁਤਮੈਨ। ਲੋ ਜੀ ਦੋਸਤੋ, ਟਰੈਕਟਰ ਤੇ ਲੇਜ਼ਰ ਭਾਈ ਵਕਾਰ ਨੇ ਚਲਾ ਕੇ ਦੇਖਿਆ, ਇਹਨਾਂ ਨੂੰ ਪੁੱਛ ਲੈਂਦੇ ਹਾਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਾ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਵਕਾਰ ਭਾਈ, ਲੇਜ਼ਰ ਤੁਸੀਂ ਚਲਾਇਆ ਤੇ ਕਿਸ ਤਰ੍ਹਾਂ ਦਾ ਲੇਜ਼ਰ ਟੈਸਟ ਕੀਤਾ, ਕੋਈ ਕੋਈ ਲੱਗਾ ਚੰਗਾ ਕਿ ਨਹੀਂ? ਯਾਰ ਦੇਖੋ, ਪਹਿਲਾਂ ਇਹਨੂੰ ਮੈਂ ਚਲਾਇਆ ਇਹ 7.5 ਫੁੱਟ ਤੇ, ਅੱਛਾ, ਸੀ ਫਿਰ ਇਹਨੂੰ ਖੋਲ ਕੇ ਚਲਾਇਆ। ਹਾਂਜੀ। ਤੇ ਬਹੁਤ ਹੀ ਵਧੀਆ ਚੱਲ ਰਿਹਾ, ਬਿਲਕੁਲ ਸਮੂਥ, ਟਰੈਕਟਰ ਨੂੰ ਪਤਾ ਵੀ ਨਹੀਂ ਆ। ਸਹੀ, ਠੀਕ ਹੈ। ਇਹ ਜਦੋਂ ਮੈਂ ਫੇਰਾ ਲੈ ਕੇ ਆਉਂਦਾ ਸੀ ਨਾ ਉਦੋਂ ਬਿਲਕੁਲ ਸਹੀ ਚੱਲਦਾ ਸੀ, ਟਰੈਕਟਰ ਤੰਗ ਹੀ ਨਹੀਂ ਸੀ ਹੋ ਰਿਹਾ। ਮੈਂ ਕਿਹਾ ਕਿਤੇ ਐਵੇਂ ਛੋਟਾ ਹੈ, ਤਾਂ ਫਿਰ 10 ਫੁੱਟ ਖੋਲ ਕੇ ਚਲਾਇਆ, ਫਿਰ ਵੀ ਉਹਨੂੰ ਕੋਈ ਪਰਵਾਹ ਨਹੀਂ, ਬਿਲਕੁਲ ਸਮੂਥ ਚੱਲ ਰਿਹਾ। ਕਿਰਾਇਆ ਮਿੱਟੀ ਦਾ ਭਰ ਭਰ ਲਿਆ ਰਿਹਾ, ਟਰੈਕਟਰ ਨੂੰ ਪਰਵਾਹ ਹੀ ਕੋਈ ਨਹੀਂ। ਸਹੀ ਹੋ ਗਿਆ। ਇਹਦੇ ਅੱਗੇ ਇੱਕ ਮੁੰਡਾ ਚਲਾ ਰਿਹਾ ਸੀ, ਉਹ ਨਾ ਮਤਲਬ ਟੱਪ ਲਾਉਂਦਾ ਸੀ, ਚੱਲਦੇ ਚੱਲਦੇ ਤਾਂ ਲੀਵਰ ਥੱਲੇ ਸੜ ਦਿੰਦਾ ਸੀ ਬਿਲਕੁਲ, ਜਿਵੇਂ ਬੈਕ ਕਿਰਾਇਆ ਆਪਾਂ ਪਾ ਕੇ ਨੀ ਮਿੱਟੀ ਖਿੱਚਦੇ, ਉਹ ਤੇ ਉਹ ਤਾਂ ਟੋਏ ਮਾਰਨ ਵਾਲਾ ਹਿਸਾਬ ਸੀ, ਲੇਵਲ ਲੂਵਲ ਕਰਨ ਵਾਲਾ ਕੋਈ ਨਹੀਂ। ਦਿਹਾੜੀ ਦਾ ਮੁੰਡਾ ਹੈ, ਕੋਈ ਜਾ ਚਲਾਉਂਦਾ। ਫਿਰ ਇਹਨੂੰ ਮੈਂ ਨਾ ਉੱਥੋਂ ਪਿੱਛੋਂ ਸੈੱਟ ਕਰਕੇ ਚਲਾਏ ਨੇ, 2-3 ਫੇਰੇ ਇਕੱਠੇ ਲਾਏ ਨੇ, ਕਿਰਾਇਆ ਭਰ ਕੇ ਲਿਆਂਦਾ, ਕੋਈ ਪਰਵਾਹ ਨਹੀਂ, ਬਿਲਕੁਲ ਸਮੂਥ ਚੱਲਦਾ। ਸਹੀ ਹੋ ਗਿਆ, ਬਹੁਤ ਵਧੀਆ ਚੀਜ਼ ਹੈ, ਭਾਈ ਹੋਰਾਂ ਨੇ ਮਿਹਨਤ ਕੀਤੀ ਆ, ਅੱਲਾ ਪਾ ਕੇ ਇਹਨੂੰ ਰੰਗ ਲਾਏ। ਅੱਛਾ, ਟਰੈਕਟਰ ਨੂੰ ਕਿੰਨੇ ਨੰਬਰ ਦਿੰਦੇ ਤੁਸੀਂ? ਅੱਗੇ 85 ਵਗੈਰਾ ਚਲਾਏ ਆ, 75 ਚਲਾਇਆ, ਬਹੁਤ ਹੀ ਸਵਾਦ ਦਿੰਦਾ ਹੈ। ਬਾਕੀ ਇਹਦਾ ਰਿਵਿਊ ਕਰਾਂਗੇ ਅਸੀਂ ਪੂਰੀ, ਇਹਦੇ ਬਾਰੇ ਨੋਲੇਜ ਇਕੱਠੀ ਕਰਕੇ ਨਾ। ਹਾਂਜੀ। ਫਿਰ ਬਾਕੀ ਹੈ ਸਿਰਫ 85 ਵਾਲੇ ਗੇਅਰ ਗੂਰ ਸਾਰੇ ਹੁੰਦੇ, ਸਭ ਮੈਸੀ ਦਾ ਹੀ ਉਹ ਹੈ ਨਾ ਗੇਅਰ ਬਕਸ। ਕਲਚ ਪੈਡਲਾਂ ਦਾ ਕਿਵੇਂ, ਤੇਰਾ ਤੰਗ ਨਹੀਂ ਹੁੰਦੇ? ਉਹ ਜਦੋਂ ਮੈਂ ਪਹਿਲਾਂ ਬੈਠਿਆ ਨਾ, ਮੈਂ ਇਹਦੀ ਰੇਸ ਇੱਥੇ ਲੱਭਦਾ ਪਿਆ ਸੀ। ਅੱਛਾ। ਉਹ 75 ਚਲਾਈਦਾ ਸੀ ਨਾ ਉਹਦੀ ਰੇਸ ਇੱਥੇ, ਫਿਰ ਮੈਨੂੰ ਪਤਾ ਲੱਗਾ ਸਾਡਾ ਜਿਹੜਾ 135 ਉਹਦੀ ਰੇਸ ਵੀ ਇੱਥੇ ਹੀ। ਹਾਂਜੀ ਹਾਂਜੀ। ਇਹ ਪੁਰਾਣਾ ਬਾਬਾ ਹੈ, 65, ਇਹ 65 ਦਾ ਉਹ ਚੱਲਦੇ ਸੀ ਨਾ ਸਪੈਸ਼ਲ। ਹਾਂਜੀ, ਇਹ ਸੇਮ ਉਹ ਹੀ ਆ। ਸਹੀ ਹੋ ਗਿਆ। ਤੁਸੀਂ ਅਗਰ ਪੱਖਾ ਚਲਾ ਲੈਂਦੇ ਤਾਂ ਘੱਟਾ ਤੇ ਉੱਤੇ ਨਹੀਂ ਸੀ ਪੈਣਾ, ਤੁਹਾਨੂੰ ਚੇਤਾ ਹੀ ਨਹੀਂ। ਇਹ ਭਾਰ ਰਿਆਸ ਜੱਟ ਦੇ ਛੱਤ ਲਾਈ ਆ, ਪੱਖਾ ਵੀ ਲਾਇਆ। ਹਾਂਜੀ, ਇਹਦਾ ਥੱਲੜਾ ਪ੍ਰੈਸ਼ਰ ਤੇਰਾ ਤੇਜ਼ ਤੇਜ਼ ਕਰਨ ਵਾਲਾ, ਡਾਊਨ ਵਾਲਾ। ਲਓ ਜੀ, ਹੋ ਗਿਆ ਸੀ, ਇੱਕ ਵਾਰੀ ਉੱਤੇ ਕਰ। ਲਓ ਜੀ ਦੋਸਤੋ, ਇਹਦੀ ਪੀਟੀਓ ਵਾਲੇ ਦੀ ਅਪ ਡਾਊਨ ਸਪੀਡ ਚੈੱਕ ਕਰੋ ਜੀ। ਦੂੜਾ ਪੱਟੀ ਆ, ਹਾਂ ਦੂੜਾ, ਦੂਸਰੇ ਨਾਲੋਂ ਤੇਜ਼ ਹੈ ਤੇ ਸਲੋ ਆਰ ਪੀ ਐਮ ਤੇ ਹੈ। ਫੋਲਡ ਵੀ ਕਰਕੇ ਦਿਖਾਣਾ, ਬੰਦ ਕਰ, ਬੰਦ ਕਰੋ, ਜ਼ਰਾ ਜੋੜੋ ਇਹਨੂੰ, ਥੱਲੇ ਜਾਣ ਨੂੰ ਥੱਲੇ ਜਾ ਕੇ ਜੋੜੋ। ਚਲੋ ਜੀ, ਬੰਦ ਕਰੋ, ਬੰਦ ਕਰੋ। ਲਓ ਜੀ, ਦੋਨੋਂ ਸਾਈਡਾਂ ਖੋਲ ਕੇ ਵੀ ਯਾਰ ਸਹੀ ਸਪੀਡ ਹੈ। ਹਾਂਜੀ, ਪੂਰਾ ਪੱਟੀ ਹੁੰਦਾ। ਲੋ ਜੀ ਦੁਪਹਿਰ ਸਾਹਿਬ,
ਖਰਾ ਆਪਣਾ ਕਾਮਯਾਬ ਹੈ, ਬਹੁਤ ਬਹੁਤ ਮੁਬਾਰਕ ਹੋਵੇ। ਜਿਹੜੀ ਗੱਲ ਕੀਤੀ ਪੂਰੀ ਹੋ ਗਈ ਹੈ, ਬਾਕੀ ਇਸ ਤੋਂ ਇਲਾਵਾ ਦੱਸੋਗੇ ਅਗਰ ਸਬਸਿਡੀ ਦੇ ਵਿੱਚ ਕਿਸੇ ਨੇ ਲੈਣਾ ਤਾਂ ਮਿਲ ਜਾਏਗਾ ਸਕੀਮ ਚੱਲਦੀ? ਇਹ ਸਬਸਿਡੀ ਨਹੀਂ ਮਿਲਣਾ, ਸਬਸਿਡੀ ਦੇ ਅੱਗੋਂ ਜ਼ਰੀਏ ਲਾ ਦੇ ਹੋਣੇ ਨਾ। ਅੱਛਾ ਜੀ, ਐਗਰੀਕਲਚਰ ਮਸ਼ੀਨਰੀ ਮਿਲਦੀ ਪਈ ਸਬਸਿਡੀ ਦੇ ਨਾਲ? ਸਹੀ, ਕਿਹੜੀ ਕਿਹੜੀ ਮਿਲਦੀ ਦੱਸ ਸਕਦੇ ਹੋ? ਰੂਟਾਵੇਟਰ, ਡਿਸਕ ਹੈਰੋ, ਫਿਰ ਉਸ ਤੋਂ ਬਾਅਦ ਰਾਜਾ ਹਾਲ, ਐਮਬੀ ਪਲੋ, ਇਸ ਤਰ੍ਹਾਂ ਦੀਆਂ ਸਾਰੀਆਂ ਬਹੁਤ 56 ਮਸ਼ੀਨਾਂ ਨੇ, 56 ਮਸ਼ੀਨਾਂ ਨੇ ਜੀ। 56 ਨਹੀਂ, ਮੋਟਰ ਤਾਂ ਬੜੀਆਂ ਮਸ਼ੀਨਾਂ ਲਾਂਗੇ ਦੀ ਕਿਸੇ ਕੋਲ ਨਹੀਂ। ਬਸ ਕਰੋ ਭਰਾਵਾ, ਲੋ ਜੀ ਦੋਸਤੋ, ਟੈਸਟਿੰਗ ਹੋ ਰਹੀ ਹੈ ਜੀ। 240 ਛੋਟਾ ਲੇਜ਼ਰ 7 ਫੁੱਟਾ ਲੈ ਕੇ ਆ ਰਿਹਾ। ਈਜ਼ੀਲੀ ਚਲਾ ਰਿਹਾ ਜੀ, ਕੰਬੜ ਮਾਰ ਰਿਹਾ।